ਹੌਲੀ ਹੌਲੀ ਹੋਰ ਨਾਲ ਸ਼ਹਿਰਾਂ ਦੇ ਵਿੱਚ ਵੀ ਇਹ ਸੁਵਿਧਾ ਮਿਲਦੀ ਜਾਏਗੀ ਤੇ ਪੂਰੇ ਦੇਸ਼ ਦੇ ਵਿੱਚ ਇਹ ਸੁਵਿਧਾ ਮਿਲ ਪਾਏ ਇਸ ਲਈ ਤਕਰੀਬਨ 2 ਸਾਲ ਦਾ ਸਮਾਂ ਜੜਾ ਹੈ ਉਹ ਲੱਗੇਗਾ। ਸੋ ਥੋੜੀ ਦੇਰ ਦੇ ਵਿੱਚ 5G ਸਰਵਿਸ ਨੂੰ ਲਾਂਚ ਜੜਾ ਹੈ ਕੀਤਾ ਜਾਏਗਾ। ਦਿੱਲੀ ਦੇ ਪ੍ਰਗਤੀ ਮੈਦਾਨ ਦੀਆਂ ਇਹ ਤਸਵੀਰਾਂ ਤੁਹਾਨੂੰ ਅਸੀਂ ਲਾਈਵ ਦਿਖਾ ਰਹੇ ਹਾਂ ਇਸ ਵੇਲੇ ਤਾਂ ਦੇਖੇ ਕਿ ਫਿਲਹਾਲ ਜੜਾ ਹੈ Jio ਤੇ Airtel ਵੱਲੋਂ ਇਹ ਸਰਵਿਸ ਦਿੱਤੀ ਜਾਏਗੀ। ਤਿੰਨ ਹੋਰ ਕੰਪਨੀਆਂ ਵੱਲੋਂ ਵੀ ਡੈਮੋ ਦਿੱਤੀ ਗਈ ਹੈ। ਤਾਂ ਜੋ ਇਹ ਜੜਾ ਦਾਇਰਾ ਹੈ 5G ਸਰਵਿਸ ਦਾ ਇਹ ਹੋਰ ਵਧਾਇਆ ਜਾ ਸਕੇ। ਔਰ ਇਸ ਨਾਲ ਇੰਟਰਨੈਟ ਦੀ ਦੁਨੀਆ ਦੇ ਵਿੱਚ ਇੱਕ ਵੱਡਾ ਬਦਲਾਅ ਆਏਗਾ। ਕਿਉਂਕਿ ਅੱਜ ਦੇ ਯੁੱਗ ਦੇ ਵਿੱਚ ਫੋਨ ਜਿਹੜਾ ਹੈ ਉਹਨੇ ਇੱਕ ਬੇਸਿਕ ਨੈਸੈਸਿਟੀ ਅਸੀਂ ਕਹਿ ਸਕਦੇ ਹਾਂ ਬਣ ਚੁੱਕੀ ਹੈ। ਹਰ ਕਿਸੇ ਦੇ ਹੱਥ ਤੇ ਵਿੱਚ ਫੋਨ ਹੈ ਔਰ ਹਰ ਕੋਈ ਇੰਟਰਨੈਟ ਦੀ ਸਰਵਿਸ ਵੀ ਇਸਤੇਮਾਲ ਕਰ ਰਿਹਾ ਲੇਕਿਨ ਚੁਣੌਤੀਆਂ ਵੀ ਰਹਿੰਦੀਆਂ ਨੇ। ਕਨੈਕਟੀਵਿਟੀ ਦੀਆਂ ਕਨੈਕਸ਼ਨ ਨਾ ਮਿਲ ਪਾਣਾ, ਕਾਲ ਡਰਾਪਸ ਹੋਣੀਆਂ ਇਹ तमाम ਜਿਹੜੀਆਂ ਚੁਣੌਤੀਆਂ ਰਹਿੰਦੀਆਂ ਨੇ ਲੇਕਿਨ ਇਸ फाइव जी सर्विस न यह सारी चुनौतियां दूर गया। और एक ऐसे इसलिए जा रहा है कि एक नवे तकनीकी युग की शुरुआत जोड़ी है वह हो जा रही है सो इंटरनेट की दुनिया के वड़ा बदलाव है फाइव जी सर्विस लेके आएगी जिस तरह सो so, इंतजार जो है लम्मा हूं खत्म हो रहा है क्योंकि एक लंबे समय तो यह की जा रही थाइव जी सर्विस देश के शुरू होएगी एक वाला लाहा जड़ा है वो मिलेगा आई टी मंत्री अश्विनी वैष्णवी उन्होंने नज़र आ रहे हैं सो दस दिए कि तीन फिलहाल एयरटेल वालों क्योंकि एयरटेल एटे और जियो वालों ही यह सर्विस फिलहाल दी जाएगी तीन होर कंपनिया वालों भी डेमो जरूर दतिया गई ने उसके बाद हौली हौली दायरा जोड़ा है फाइव जी सर्विस का वधेगा ਹੋਰ ਨਾ ਸ਼ਹਿਰਾਂ ਦੇ ਵਿੱਚ ਵੀ ਇਹ ਸਹੂਲਤ ਮਿਲੇਗੀ ਕਨੈਕਟੀਵਿਟੀ ਜੜੀ ਹੈ ਬਿਹਤਰ ਹੋ ਸਕੇ ਇਸ ਦੇ ਲਈ ਲਗਾਤਾਰ ਕੋਸ਼ਿਸ਼ਾਂ ਹੋਣ ਗਿਆ ਫਿਲਹਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰੀ ਦਿਲਚਸਪੀ ਲੈਂਦੇ ਹੋਏ ਅਤੇ ਸਮਝਦੇ ਹੋਏ ਕਿ ਕਿਸ ਤਰ੍ਹਾਂ ਦੇ ਨਾਲ ਦੇਸ਼ ਨੂੰ ਦੇਸ਼ ਵਾਸੀਆਂ ਨੂੰ ਇਹ ਸਲਾਹਾ ਮਿਲੇਗਾ ਤੇ ਦੇਸ਼ ਤਕਨੀਕ ਦੇ ਯੁੱਗ ਵਿੱਚ ਇੱਕ ਨਵੀਂ ਜੜੀ ਹੈ ਉਪਲੰਗ ਪੁੱਟੇਗਾ ਤੋ ਦੱਸ ਦੇ ਇੱਕ ਇੱਕ ਫਿਲਹਾਲ ਜਿਹੜਾ ਸ਼ੁਰੂਆਤੀ ਦੌਰ ਵਿੱਚ 13 ਜਿਹੜੇ ਨੇ ਸ਼ਹਿਰ ਜਿਨ੍ਹਾਂ ਦੇ ਵਿੱਚ ਇਹ ਸਹੂਲਤ ਮਿਲੇਗੀ ਜਿਨ੍ਹਾਂ ਦੇ ਵਿੱਚ ਦਿੱਲੀ ਮਹਾਰਾਸ਼ਟਰਾ ਚੰਡੀਗੜ੍ਹ ਗੁਰੂਗਰਾਮ ਪੂਨੇ ਚੇਨਈ ਜਿਹੇ ਜਿਹੜੇ ਮੈਟਰੋਪੋਲਿਟਨ ਜਿਹੜੇ ਸਟੇਟਸ ਨੇ ਉੱਥੇ ਇਹ ਸਹੂਲਤ ਜਿਹੜੀ ਹੈ ਉਹ ਮਿਲੇਗੀ 5G ट्रैक दी ਦੁਨੀਆ ਤੇ ਹੁਣ ਦੌੜੇਗਾ ਭਾਰਤ ਇੱਕ ਨਵੀਂ ਉਪਲਬਧੀ ਜੜੀ ਹੈ ਭਾਰਤ ਹਾਸਿਲ ਕਰਨ ਜਾ ਰਿਹਾ ਸੋ ਅਧੇ ਯੁੱਗ ਵਿੱਚ ਜਿੱਥੇ ਕਿ ਇੰਟਰਨੈਟ ਕਿਤੇ ਵੀ ਅਸੀਂ ਜਾਣਿਆ ਤਾਂ ਸਭ ਤੋਂ ਪਹਿਲਾਂ ਕਨੈਕਟੀਵਿਟੀ ਦੇਖਦੇ ਆ ਕਿ ਇੱਥੇ ਕਨੈਕਸ਼ਨ ਹੈ ਕਿ ਨਹੀਂ ਹੈ ਇੰਟਰਨੈਟ ਸਰਵਿਸ ਮਿਲ ਰਹੀ ਹੈ ਨਹੀਂ ਮਿਲ ਰਹੀ ਹੈ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤਕਨੀਕ ਦਾ ਜ਼ਮਾਨਾ ਹੈ ਔਰ ਅਜੇ ਵਿਚਾਰ ਕੋਈ ਵੀ ਜੜਾ ਹੈ ਪਿੱਛੇ ਨਹੀਂ ਰਹਿਣਾ ਚਾਹੁੰਦਾ ਤੇ ਭਾਰਤ ਵੀ हूँ अगर जोड़ा है कदम चुक रहा है और फाइव जी सर्विस तकनीक के युग में एक व्डा बदला बदलाव जोड़ा है आएगा क्योंकि हर कोई जोड़ा है बच्चे तो लैके स्कूल के बच्चों के कोल भी फोन जो इस्तेमाल करने, है, करने हैं जो घरों जो ऑनलाइन पढ़ाइया कर सो अजय विकार इंटरनेट सर्विस जी है बेहतरीन हर कोई मंगता है लेकिन इतने हूं फाइव जी सर्विस तमाम जोड़िया दूर हो ਇੱਕ ਵੱਡੀ ਉਪਲਬਧੀ ਸੋ ਫਿਲਹਾਲ ਹਰ ਤਰ੍ਹਾਂ ਦੀ ਕਿਉਂਕਿ ਇਹ ਤੇ ਐਗਜ਼ਿਬਿਸ਼ਨ ਜਿਹੜੀ ਲੱਗੀ ਹੈ ਉਸ ਦੇ ਵਿੱਚ ਮੌਇਨਾ ਕਰਦੇ ਹੋਏ ਤਕਨੀਕ ਨੂੰ ਸਮਝਦੇ ਹੋਏ ਕਿਸ ਤਰ੍ਹਾਂ ਦੇ ਨਾਲ ਤਕਨੀਕ ਕੰਮ ਕਰਦੀ ਹੈ ਸੋ ਇੱਥੇ ਡੈਮੋ ਲੈਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਜ਼ਰ ਆ ਰਹੇ ਨੇ ਖਾਸੇ ਉਤਸੁਕਤਾ ਉਹਨਾਂ ਦੇ ਵਿੱਚ ਨਜ਼ਰ ਆ ਰਹੀ ਹੈ ਇਸ ਚੀਜ਼ ਨੂੰ ਦੇਖਣ ਸਮਝਣ ਦੇ ਵਿੱਚ ਸੋ ਕਿਨ ਜਿਹੜੀ ਕੰਪਨੀਆਂਜ਼ ਡੈਮੋ ਦੇ ਰਹੀਆਂ ਨੇ ਉਹਨਾਂ ਲਈ ਵੀ ਇਹ ਇੱਕ ਆਪਣੇ ਆਪ ਚ ਨਵਿਕਲਾ ਐਕਸਪੀਰੀਅੰਸ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਹਨਾਂ ਨੂੰ ਦੱਸਣ ਦਾ ਉਹਨਾਂ ਨੂੰ ਮੌਕਾ ਮਿਲ ਰਿਹਾ ਕਿਸ ਤਰ੍ਹਾਂ ਦੇ ਨਾਲ ਇਹ ਤਕਨੀਕ ਕੰਮ ਕਰ ਰਹੀ ਹੈ ਸੋ ਵੱਖ-ਵੱਖ ਜੁੜੀਆਂ ਕੰਪਨੀਆਂ ਨੇ ਫੋਨ ਕੰਪਨੀਆਂਜ਼ ਜੋ ਨੇ ਉਹ ਆਪੋ ਆਪਣੇ ਡੈਮੋਜ਼ ਦੇਰੀਆਂ ਨੇ ਆਪਣੀ ਸੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪੂਰੀ ਦਿਲਚਸਪੀ ਉਸ ਵਿੱਚ ਲੈਂਦੇ ਹੋਏ ਬੜੀ ਉਤਸੁਕਤਾ ਦੇ ਨਾਲ ਸਮਝਦੇ ਹੋਏ ਕਿ ਕਿਸ ਤਰ੍ਹਾਂ ਦੇ ਨਾਲ ਇਹ ਤਕਨੀਕ ਜੁੜੀਆਂ ਨੇ ਉਹ ਕੰਮ ਕਰਦੀਆਂ ਨੇ ਸੋ 5G ਦੇ ਆਉਣ ਦੇ ਨਾਲ ਕਿਸ ਤਰ੍ਹਾਂ ਨਾਲ ਵੱਡਾ ਬਦਲਾਅ ਆਏਗਾ ਇਸ ਦੇ ਬਾਰੇ ਉਹ ਜਾਣਕਾਰੀ ਸਾਰੀ ਹਾਸਲ ਕਰ ਰਹੇ ਨੇ सो हूँ फाइव जी का जमाना जोड़ा है वह शुरू हो जा रहा जिसका कि आगाज प्रधानमंत्री नरेंद्र मोदी वालों हूँ तो बस कुछ ही देर चाहिएगा इस पहला क्योंकि तमाम जोड़े नई कंपनीज इतने उन्होंने वालों एग्जीबिशन लगाई गई है उसका वो मुआयना कर रहे हैं जानकारी हासिल कर रहे हैं सो फाइव जी ट्रैक की दुनिया से भारत दौड़ेगा और तकनीक के युग एक वा बदलाव जोड़ा है वो हूँ ਲੈ ਕੇ ਆਇਆ ਜਾ ਰਿਹਾ ਜਿਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਲੀ ਦੇ ਪ੍ਰਗਤੀ ਮੈਦਾਨ ਦੇ ਵਿੱਚ ਇਸ ਆਰਐਸ ਨਿਊ ਜਿਹੜਾ ਹੈ ਉਹ ਸ਼ੁਰੂਆਤ ਕੀਤੀ ਜਾਏਗੀ ਜੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਸੋ ਥੋੜੀ ਦੇਰ ਦੇ ਵਿੱਚ ਹੀ ਲਾਂਚ ਜਿਹੜਾ ਹੈ ਕੀਤਾ ਜਾਏਗਾ 5G ਸਰਵਿਸ ਨੂੰ ਉਸ ਤੋਂ ਪਹਿਲਾਂ तमाम ਜੜੀਆਂ ਹੋਰ ਕੰਪਨੀਆਂਜ਼ ਵੱਲੋਂ ਉਹਨਾਂ ਨੂੰ ਆਪਣੇ ਡੈਮੋਜ਼ ਦਿੱਤੇ ਜਾ ਰਹੇ ਨੇ ਸੋ ਦੱਸ ਦੇ ਕਿ ਅੱਜ ਬਹੁਤ ਅਹਿਮ ਦਿਨ ਕੁਲ ਪਹਿਲਾਂ 13 ਸ਼ਹਿਰਾਂ ਦੇ ਵਿੱਚ ਜੜੀ ਹੈ ਸਰਵਿਸ ਮਿਲੇਗੀ ਇੰਟਰਨੈਟ ਦੀ ਦੁਨੀਆ ਦੇ ਵਿੱਚ ਇੱਕ ਵੱਡਾ ਜਿਹੜਾ ਹੈ ਬਦਲਾਅ ਆਉਣ ਜਾ ਰਿਹਾ ਭਾਰਤ ਦੇ ਵਿੱਚ ਸੋ so, 5G ਚੱਕ ਦੀ ਦੁਨੀਆ ਤੇ ਪਰਤ ਜਿਹੜਾ ਹੈ ਦੌੜੇਗਾ ਸੋ ਇਹ ਤਸਵੀਰਾਂ ਜੜੀਆਂ ਨੇ ਤੇ ਦੀ ਦੇ ਪ੍ਰਗਤੀ ਮੈਦਾਨ ਦੀਆਂ ਸੋ ਦੇਸ਼ ਵਿੱਚ ਤਕਨੀਕ ਦੇ ਨਵੇਂ ਯੁੱਗ ਦਾ ਜੋ ਇਹ ਆਗਾਜ਼ ਹੋ ਰਿਹਾ ਹੈ ਕਿ 5G ਟਰੈਕ ਦੇ ਦੁਨੀਆ ਤੇ ਭਾਰਤ ਦੌੜੇਗਾ ਔਰ ਜਿਸ ਤਰ੍ਹਾਂ ਦੇ ਨਾਲ ਇੱਕ ਵੱਡਾ ਬਦਲਾਵ ਜਿਹੜਾ ਜੋ ਸੀ बार-बार ਜ਼ਿਕਰ ਕਰ ਰਹੇ ਆ ਅੱਜ ਦੇ ਯੁੱਗ ਵਿੱਚ ਤੇ ਕਿ ਇੰਟਰਨੈਟ ਸਰਵਿਸ ਜੜੀ ਹੈ ਸਭ ਤੋਂ ਅਹਿਮ ਮੋਬਾਈਲ ਫੋਨ ਹਰ ਦੂਸਰਾ ਵਿਅਕਤੀ ਭਾਰਤ ਦੇ ਵਿੱਚ ਇਸਤੇਮਾਲ ਕਰਦਾ ਹੈ ਇੰਟਰਨੈਟ ਸਰਵਿਸ ਦਾ ਹਰ ਕੋਈ ਲਾਹਾ ਜੜਾ ਲੈਣਾ ਚਾਹੁੰਦਾ ਭਾਵੇਂ ਉਹ ਸਕੂਲੀ ਵਿਦਿਆਰਥੀ ਹੋਣ ਜਿਨ੍ਹਾਂ ਨੂੰ ਆਨਲਾਈਨ ਕਲਾਸਿਸ ਲੈਣੀਆਂ ਪੈਂਦੀਆਂ ਨੇ ਜਾਂ ਫਿਰ ਵਰਕ ਫਰਮ ਹੋਮ ਦਾ ਕਲਚਰ ਜੋ ਹੁਣ ਸ਼ੁਰੂ ਹੋ ਚੁੱਕਿਆ ਹੈ ਖਾਸ ਤੌਰ ਤੇ ਕੋਵਿਡ ਕਾਲ ਦੇ ਦੌਰਾਨ ਅਸੀਂ ਦੇਖਿਆ ਕਿ ਇਸ ਤਰ੍ਹਾਂ ਦੇ ਨਾਲ ਘਰ ਬੈਠੇ ਹੀ ਭਾਵੇਂ ਪੜ੍ਹਾਈ ਹੋਵੇ ਭਾਵੇਂ ਆਫਿਸ ਦਾ ਕੰਮ ਹੋਵੇ ਪ੍ਰੈਜੈਂਟੇਸ਼ਨਸ ਹੋਣ ਮੀਟਿੰਗਸ ਹੋਣ ਸੋ ਇਹ ਸਭ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਇਹ 5G ਸਰਵਿਸ ਜਿਹੜਾ ਹੈ ਇੱਕ ਨਵੀਂ ਕ੍ਰਾਂਤੀ ਲੈ ਕੇ ਆਏਗੀ ਇੰਟਰਨੈਟ ਦੀ ਦੁਨੀਆ ਵਿੱਚ ਸੋ 4G ਨਾਲੋਂ ਕਈ ਗੁਣਾ ਜ਼ਿਆਦਾ ਜੜੀ ਹੈ ਸਪੀਡ ਹੋਏਗੀ 5G ਦੀ ਸਿਹਤ ਸੇਵਾਵਾਂ ਦੇ ਵਿੱਚ ਤਕਨੀਕ ਦਾ ਇਸਤੇਮਾਲ ਜਿਹੜਾ ਹੈ ਉਹ ਵਧੇਗਾ ਸੋ ਆਰਟੀਫੀਸ਼ੀਅਲ ਇੰਟੈਲੀਜੈਂਸ ਹੈਲਥ케ਅਰ ਸੋ ਇਹ ਇਹ ਸਭ ਦੇ ਵਿੱਚ ਜਿਹੜਾ ਹੈ ਨਵੇਂ ਰਾਹ ਖੁੱਲਣਗੇ ਜਿਸ ਤਰ੍ਹਾਂ ਨਾਲ ਇਹ ਸਰਵਿਸ ਦੀ ਸ਼ੁਰੂਆਤ ਹੋ ਰਹੀ ਹੈ ਬਿਨਾ ਬਫਰਿੰਗ ਤੇ ਬਿਨਾ ਰੁਕੇ ਵੀਡੀਓ ਜਿਹੜੀ ਹੈ ਉਹ ਸਟ੍ਰੀਮ ਕਰੇਗੀ ਇਹ ਸਭ ਅਸੀਂ ਇਸ ਦੇ ਨਾਲ ਇਤਿਫਾਕ ਰੱਖਦੇ ਹਾਂ ਕਿ ਜਦੋਂ ਕਿਉਂਕਿ OTT ਪਲੇਟਫਾਰਮਸ ਦੇ ਜ਼ਰੀਏ ਜੋ ਕੁਝ ਵੀ ਅਸੀਂ ਇੰਟਰਨੈਟ ਤੇ ਦੇਖਦੇ ਹਾਂ ਤੇ ਬਫਰਿੰਗ ਹੁੰਦੀ ਹੈ ਇੰਟਰਨੈਟ ਜਿਹੜੀ ਹੈ ਉਹ ਇੰਨੀ ਤੇਜ਼ ਨਹੀਂ ਹੁੰਦੀ ਹੈ ਤੋਂ ਮੋਬਾਈਲ ਵਿੱਚ 5G ਬੈਂਡ ਹੋਣਾ ਪਰ ਜ਼ਰੂਰੀ ਹੋਏਗਾ ਸੋ ਇਹ ਬੈਂਡ ਸਿਨਲ ਤੇ ਤੁਹਾਡਾ ਫੋਨ ਮਿਲਦਾ ਹੈ ਮੇਲ ਖਾਂਦਾ ਹੈ ਤਾਂ ਫਿਰ ਤੁਹਾਨੂੰ 5G ਸਰਵਿਸ ਜਿਹੜੀ ਆ ਫੋਨ 'ਚ ਉਪਲਬਧ ਹੋਵੇਗੀ